G20 ਚੱਬਾ ਪਿੰਡ ਚ G20 ਜਿਹੜਾ ਜੀ ਸੰਮੇਲਨ ਅੰਮ੍ਰਿਤਸਰ ਚ ਹੋ ਰਿਹਾ। ਸਾਰੇ ਸਟੇਟਾਂ ਦੇ ਹੈੱਡ ਆ ਕੇ ਜਿਹੜਾ ਵਾ ਉਹ ਇੱਥੇ ਇੱਕ ਸੰਮੇਲਨ ਕਰ ਰਹੇ, ਉਹਦੇ ਵਿਰੋਧ ਵਿਤਰਤੀ ਫੂਕ ਰਹੇ ਆ। ਔਰ ਕੋਈ ਖੇਤਰ ਜਿਹੜਾ ਇਹਨਾਂ ਛੱਡਣਾ ਨਹੀਂ ਹੈਗਾ। ਜਿਹੜੇ ਐਜੂਕੇਸ਼ਨ ਤੇ ਸਬਮਿਟ ਕਰ ਰਹੇ ਆ ਕਿ ਭਾਰਤ ਦਾ ਵਿੱਦਿਆ ਖੇਤਰ ਉਹਨਾਂ ਦੇ ਗਲਬੇ 'ਚ ਕਿਵੇਂ ਆਵੇ। ਮੋਦੀ ਜੀ ਨੇ ਪਹਿਲਾਂ ਸਾਡਾ ਮੁਲਕ ਲਟਾ ਦਿੱਤਾ, ਰਹਿੰਦਾ ਖਹਿੰਦਾ ਹੁਣ ਵੀ ਲਟਾਉਣਾ। ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਅਸੀਂ ਪੂਰੇ 18 ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ G20 ਚੱਬਾ ਪਿੰਡ 'ਚ G20 ਜਿਹੜਾ ਜੀ ਸੰਮੇਲਨ ਅੰਮ੍ਰਿਤਸਰ 'ਚ ਹੋ ਰਿਹਾ, ਆ ਪੂਰੇ ਦੇਸ਼ ਵਿੱਚ ਹੋਣਾ ਸੀਗਾ, ਅੱਜ ਇੱਥੇ ਹੋ ਰਿਹਾ। ਸਤੰਬਰ ਦੇ ਵਿੱਚ ਸਾਰੇ ਸਟੇਟਾਂ ਦੇ ਹੈੱਡ ਆ ਕੇ ਜਿਹੜਾ ਵਾ ਉਹ ਇੱਥੇ ਇੱਕ ਸੰਮੇਲਨ ਕਰ ਰਹੇ, ਉਹਦੇ ਵਿਰੋਧ ਵਿਤਰਤੀ ਫੂਕ ਰਹੇ ਆ। ਵਜ੍ਹਾ ਕੀ ਆ? ਇਹ ਭਰਾਵੋ ਮਲਕ ਭਾਗਵਾਂ ਦਾ ਸੰਮੇਲਨ ਆ, ਗੁਰੂ ਰਾਮਦਾਸ ਦੀ ਨਗਰੀ ਤੇ ਹੋ ਰਿਹਾ। ਇਹ ਮਲਕ ਭਾਗੋ ਆ ਜਿਨ੍ਹਾਂ ਨੇ ਭਾਰਤ ਦੀ ਪੂਰੀ ਖੇਤੀ ਤੇ ਕਬਜ਼ਾ ਲੈਣਾ, ਜਿਨ੍ਹਾਂ ਨੇ ਪੂਰੇ ਭਾਰਤ ਦੇ ਪਾਣੀਆਂ ਤੇ ਕਬਜ਼ਾ ਲੈਣਾ, ਜਿਹੜੇ ਭਾਰਤ ਦੇ ਪੂਰੇ ਦੂਰ ਸੰਸਾਰ ਤੇ ਕਬਜ਼ਾ ਲੈ ਗਏ ਆ। ਕੋਨਾ ਕੋਲਾ ਖਨਣ ਖੇਤਰ ਉੱਤੇ ਪੂਰੀ ਤਰ੍ਹਾਂ ਕਬਜ਼ਾ ਲੈ ਗਏ ਆ। ਔਰ ਕੋਈ ਖੇਤਰ ਜਿਹੜਾ ਇਹਨਾਂ ਛੱਡਣਾ ਨਹੀਂ ਹੈਗਾ। ਜਿਹੜੇ ਐਜੂਕੇਸ਼ਨ ਤੇ ਸਬਮਿਟ ਕਰ ਰਹੇ ਆ ਕਿ ਭਾਰਤ ਦਾ ਵਿੱਦਿਆ ਖੇਤਰ ਉਹਨਾਂ ਦੇ ਗਲਬੇ 'ਚ ਕਿਵੇਂ ਆਵੇ, ਉਹ ਸਿਲੇਬਸ ਇਸ ਤਰ੍ਹਾਂ ਦਾ ਹੋਵੇ ਵੀ ਉਹ ਯੂਥ ਜਿਹੜਾ ਵਾ ਉਹਨਾਂ ਦੇ ਮੁਤਾਬਕ ਸੋਚੇ, ਪੂੰਜੀਵਾਦੀਆਂ ਦੇ ਮੁਤਾਬਕ। ਇਹਦੋਂ ਕਹਾਂ ਜਿਹੜਾ ਲੇਬਰ ਤੇ ਕਰ ਰਹੇ ਨੇ ਵੀ ਸਸਤੀ ਲੇਬਰ ਭਾਰਤ ਦੀ ਸਾਮਰਾਜੀ ਮੁਲਕਾਂ ਨੂੰ ਕਿਵੇਂ ਦਿੱਤੀ ਜਾ ਸਕੇ। ਸੋ ਮੋਦੀ ਜੀ ਨੇ ਪਹਿਲਾਂ ਸਾਡਾ ਮੁਲਕ ਲਟਾ ਦਿੱਤਾ, ਰਹਿੰਦਾ ਖਹਿੰਦਾ ਹੁਣ ਵੀ ਲਟਾਉਣਾ। ਇਹ G5 ਮੁਲਕ ਉਹ ਨੇ ਜਿਹਨਾਂ ਵਿੱਚ ਅਮਰੀਕਾ ਵਾ, ਉਹ ਕਿਸਾਨਾਂ ਨੂੰ ਜਿਹੜੀ MSP ਦੇਣ ਦਾ ਵੀ ਵਿਰੋਧ ਕਰਦੇ, ਇਸ ਕਰਕੇ ਪੰਥਕ ਧਿਰਾਂ ਨੂੰ, ਪੂਰੇ ਪੰਜਾਬ ਦੀਆਂ ਨੂੰ ਇਹ ਮਲਕ ਭਾਗਵਾਂ ਵਾਲਾ ਵੱਡਾ ਸੰਮੇਲਨ ਹੋ ਰਿਹਾ। ਕਦੇ ਗੁਰੂ ਸਾਹਿਬ ਦੇ ਵਿਚਾਰਧਾਰਕ ਵਿਦਵਾਨ ਹੁੰਦੇ ਤਾਂ ਅੱਜ ਬੋਲਦੇ ਵੀ ਇਹਨਾਂ ਦੀ ਕਦੇ ਕਿਰਤ ਦਾ ਨਿਚੋੜ ਕੇ ਵੇਖੋ ਤੇ ਲੋਕਾਂ ਦਾ ਲਹੂ ਇਕੱਠਾ ਜਿਹੜਾ ਕੀਤਾ ਉਹ ਨਿਕਲ ਆਉਣਾ ਇਹਨਾਂ ਦੇ ਵਿੱਚੋਂ। ਇਹ ਉਹਨਾਂ ਦਾ ਸੰਮੇਲਨ ਹੋ ਜਾ ਰਿਹਾ, ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਪੰਜਾਬ 'ਚ ਇਹਦਾ ਵਿਰੋਧ ਕਰਦੀ ਆ। ਔਰ ਮੀਡੀਆ ਨੂੰ ਅਪੀਲ ਕਰਦੀ ਵੀ ਸਾਡੀ ਆਵਾਜ਼ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਈ ਜਾਵੇ। ਧੰਨਵਾਦ। G20 ਚੱਬਾ ਪਿੰਡ 'ਚ G20 ਜਿਹੜਾ ਜੀ ਸੰਮੇਲਨ ਅੰਮ੍ਰਿਤਸਰ 'ਚ ਹੋ ਰਿਹਾ। ਸਾਰੇ ਸਟੇਟਾਂ ਦੇ ਹੈੱਡ ਆ ਕੇ ਜਿਹੜਾ ਵਾ ਉਹ ਇੱਥੇ ਇੱਕ ਸੰਮੇਲਨ ਕਰ ਰਹੇ, ਉਹਦੇ ਵਿਰੋਧ ਵਿਤਰਤੀ ਫੂਕ ਰਹੇ ਆ। ਔਰ ਕੋਈ ਖੇਤਰ ਜਿਹੜਾ ਇਹਨਾਂ ਛੱਡਣਾ ਨਹੀਂ ਹੈਗਾ। ਜਿਹੜੇ ਐਜੂਕੇਸ਼ਨ ਤੇ ਸਬਮਿਟ ਕਰ ਰਹੇ ਆ ਕਿ ਭਾਰਤ ਦਾ ਵਿੱਦਿਆ ਖੇਤਰ ਉਹਨਾਂ ਦੇ ਗਲਬੇ 'ਚ ਕਿਵੇਂ ਆਵੇ। ਮੋਦੀ ਜੀ ਨੇ ਪਹਿਲਾਂ ਸਾਡਾ ਮੁਲਕ ਲਟਾ ਦਿੱਤਾ, ਰਹਿੰਦਾ ਖਹਿੰਦਾ ਹੁਣ ਵੀ ਲਟਾਉਣਾ। ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਅਸੀਂ ਪੂਰੇ 18 ਜ਼ਿਲ੍ਹਿਆਂ ਦੇ ਵਿੱਚ ਤੇ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ G20 ਚੱਬਾ ਪਿੰਡ 'ਚ G20 ਜਿਹੜਾ ਜੀ ਸੰਮੇਲਨ ਅੰਮ੍ਰਿਤਸਰ 'ਚ ਹੋ ਰਿਹਾ, ਆ ਪੂਰੇ ਦੇਸ਼ ਵਿੱਚ ਹੋਣਾ ਸੀਗਾ, ਅੱਜ ਇੱਥੇ ਹੋ ਰਿਹਾ। ਸਤੰਬਰ ਦੇ ਵਿੱਚ ਸਾਰੇ ਸਟੇਟਾਂ ਦੇ ਹੈੱਡ ਆ ਕੇ ਜਿਹੜਾ ਵਾ ਉਹ ਇੱਥੇ ਇੱਕ ਸੰਮੇਲਨ ਕਰ ਰਹੇ, ਉਹਦੇ ਵਿਰੋਧ ਵਿਤਰਤੀ ਫੂਕ ਰਹੇ ਆ। ਵਜ੍ਹਾ ਕੀ ਆ? ਇਹ ਭਰਾਵੋ ਮਲਕ ਭਾਗਵਾਂ ਦਾ ਸੰਮੇਲਨ ਆ, ਗੁਰੂ ਰਾਮਦਾਸ ਦੀ ਨਗਰੀ ਤੇ ਹੋ ਰਿਹਾ। ਇਹ ਮਲਕ ਭਾਗੋ ਆ ਜਿਨ੍ਹਾਂ ਨੇ ਭਾਰਤ ਦੀ ਪੂਰੀ ਖੇਤੀ ਤੇ ਕਬਜ਼ਾ ਲੈਣਾ, ਜਿਨ੍ਹਾਂ ਨੇ ਪੂਰੇ ਭਾਰਤ ਦੇ ਪਾਣੀਆਂ ਤੇ ਕਬਜ਼ਾ ਲੈਣਾ,
ਜਿਹੜੇ ਭਾਰਤ ਦੇ ਪੂਰੇ ਦੂਰ ਸੰਸਾਰ ਤੇ ਕਬਜ਼ਾ ਲੈ ਗਏ ਆ। ਕੋਨਾ ਕੋਲਾ ਖਨਨ ਖੇਤਰ ਉੱਤੇ ਪੂਰੀ ਤਰ੍ਹਾਂ ਕਬਜ਼ਾ ਲੈ ਗਏ ਆ, ਔਰ ਕੋਈ ਖੇਤਰ ਜਿਹੜਾ ਇਹਨਾਂ ਛੱਡਣਾ ਨਹੀਂ ਹੈਗਾ। ਜਿਹੜੇ ਐਜੂਕੇਸ਼ਨ ਤੇ ਸਬਮਿਟ ਕਰ ਰਹੇ ਆ ਕਿ ਭਾਰਤ ਦਾ ਵਿਦਿਆ ਖੇਤਰ ਉਹਨਾਂ ਦੇ ਗਲਬੇ 'ਚ ਕਿਵੇਂ ਆਵੇ, ਉਹ ਸਿਲੇਬਸ ਇਸ ਤਰ੍ਹਾਂ ਦਾ ਹੋਵੇ ਵੀ ਉਹ ਯੂਥ ਜਿਹੜਾ ਵਾ ਉਹਨਾਂ ਦੇ ਮੁਤਾਬਕ ਸੋਚੇ, ਪੂੰਜੀਵਾਦੀਆਂ ਦੇ ਮੁਤਾਬਕ। ਇਹਦੋਂ ਕਹਾਂ ਜਿਹੜਾ ਲੇਬਰ ਤੇ ਕਰ ਰਹੇ ਨੇ ਵੀ ਸਸਤੀ ਲੇਬਰ ਭਾਰਤ ਦੀ ਸਾਮਰਾਜੀ ਮੁਲਕਾਂ ਨੂੰ ਕਿਵੇਂ ਦਿੱਤੀ ਜਾ ਸਕੇ। ਸੋ ਮੋਦੀ ਜੀ ਨੇ ਪਹਿਲੋਂ ਸਾਡਾ ਮੁਲਕ ਲਟਾ ਦਿੱਤਾ, ਰਹਿੰਦਾ ਖਹਿੰਦਾ ਹੁਣ ਵੀ ਲਟਾਉਣਾ। ਇਹ ਜੀ ਪੰਜ ਮੁਲਕ ਉਹ ਨੇ ਜਿਹਨਾਂ ਵਿੱਚ ਅਮਰੀਕਾ ਵਾ, ਉਹ ਕਿਸਾਨਾਂ ਨੂੰ ਜਿਹੜੀ MSP ਦੇਣ ਦਾ ਵੀ ਵਿਰੋਧ ਕਰਦੇ। ਇਸ ਕਰਕੇ ਪੰਥਕ ਧਿਰਾਂ ਨੂੰ, ਪੂਰੇ ਪੰਜਾਬ ਦੀਆਂ ਨੂੰ ਇਹ ਮਲਕ ਭਾਗਵਾਨ ਵਾਲਾ ਵੱਡਾ ਸੰਮੇਲਨ ਹੋ ਰਿਹਾ। ਕਦੇ ਗੁਰੂ ਸਾਹਿਬ ਦੇ ਵਿਚਾਰਧਾਰਕ ਵਿਦਵਾਨ ਹੁੰਦੇ ਤਾਂ ਅੱਜ ਬੋਲਦੇ ਵੀ ਇਹਨਾਂ ਦੀ ਕਦੇ ਕਿਰਤ ਦਾ ਨਿਚੋੜ ਕੇ ਵੇਖੋ ਤੇ ਲੋਕਾਂ ਦਾ ਲਹੂ ਇਕੱਠਾ ਜਿਹੜਾ ਕੀਤਾ ਉਹ ਨਿਕਲ ਆਉਣਾ ਇਹਨਾਂ ਦੇ ਵਿੱਚੋਂ। ਇਹ ਉਹਨਾਂ ਦਾ ਸੰਮੇਲਨ ਹੋਰ ਜਾ ਰਿਹਾ। ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਪੰਜਾਬ 'ਚ ਇਹਦਾ ਵਿਰੋਧ ਕਰਦੀ ਆ, ਔਰ ਮੀਡੀਆ ਨੂੰ ਅਪੀਲ ਕਰਦੀ ਵੀ ਸਾਡੀ ਆਵਾਜ਼ ਪੂਰੀ ਦੇਸ਼ ਦੁਨੀਆ ਤੱਕ ਪਹੁੰਚਾਈ ਜਾਵੇ। ਧੰਨਵਾਦ।